ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਅੱਜ ਅਸੀਂ ਇੱਕ ਵਾਰ ਫਿਰ ਗੋਇਲ ਸਾਹਿਬ ਦੇ ਬਹੁਮੁੱਲੇ ਵਿਚਾਰ ਸੁਣਨ ਵਾਸਤੇ, ਤੁਹਾਡੇ ਤੱਕ ਉਹ ਵਿਚਾਰ ਪਹੁੰਚਾਉਣ ਵਾਸਤੇ ਚੰਡੀਗੜ੍ਹ ਪਹੁੰਚੇ ਹੋਏ ਹਾਂ। ਅਤੇ ਗੋਇਲ ਸਾਹਿਬ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਅੱਜ ਗੱਲਬਾਤ ਵੀ ਕਰਨੀ ਹੈ ਅਤੇ ਤੁਹਾਨੂੰ ਕਈ ਘਰੇਲੂ ਨੁਸਖੇ ਵੀ ਦੱਸਣੇ ਨੇ। ਅਤੇ ਇਸ ਤੋਂ ਇਲਾਵਾ ਕੀ ਕੁਝ ਖਾਸ ਰਿਹਾ ਕਾਲਾ ਗੂੰਦ ਦੇ ਨਾਲ ਐਕਸਪੀਰੀਅੰਸ, ਜਿੰਨੇ ਵੀ ਇਹਨਾਂ ਕੋਲ ਪੇਸ਼ੈਂਟਸ ਆਉਂਦੇ ਨੇ ਉਹਨਾਂ ਦੇ ਕੀ ਰਿਜ਼ਲਟ ਆ ਰਹੇ ਨੇ, ਉਸ ਵਿਸ਼ੇ ਦੇ ਉੱਤੇ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਗੋਇਲ ਸਾਹਿਬ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰ, ਸਵਾਗਤ ਹੈ ਜੀ। ਜੀ ਧਰਮਿੰਦਰ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਔਰ ਜਿੰਨੇ ਵੀ ਸਾਡੇ ਦਰਸ਼ਕ, ਸਾਡੇ ਭੈਣ ਭਰਾ ਪ੍ਰੋਗਰਾਮ ਦੇਖ ਰਹੇ ਆ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਗੋਇਲ ਸਾਹਿਬ, ਜਿੱਥੋਂ ਵੀ ਲੰਘੀਦਾ ਹੈ, ਖਾਸ ਕਰ ਹੋਰਡਿੰਗਸ ਵਗੈਰਾ, ਕਾਲਾ ਗੋਂਦ ਕਾਫੀ ਮਸ਼ਹੂਰ ਵੀ ਹੋ ਰਿਹਾ ਹੈ, ਫਰਕ ਵੀ ਕਹਿੰਦੇ ਕਾਫੀ ਪੈ ਰਿਹਾ ਹੈ, ਅਤੇ ਕਾਲਾ ਗੋਂਦ ਹੋਈ ਪਈ ਹੈ, ਜਿਵੇਂ ਅਲੱਗ ਅਲੱਗ ਚੀਜ਼ਾਂ ਉਹਦੀਆਂ ਬਣ ਚੁੱਕੀਆਂ ਨੇ। ਕਾਲਾ ਗੋਂਦ ਕੈਪਸੂਲ ਸੀਗਾ, ਕਾਲਾ ਗੋਂਦ ਜੈੱਲ ਆ, ਕਾਲਾ ਗੋਂਦ ਓਇਲ ਆ, ਅਤੇ ਉਹ ਵੀ ਜਿਹੜਾ ਸਰਦੀ ਅਤੇ ਗਰਮੀ ਦੇ ਮੁਤਾਬਕ ਵੀ ਜੋੜਾਂ ਦੇ ਦਰਦਾਂ ਤੋਂ ਜਿਹੜੇ ਲੋਕ ਰਾਹਤ ਪਾਉਣਾ ਚਾਹੁੰਦੇ ਸੀ ਉਹਨਾਂ ਵਾਸਤੇ ਰਾਮਬਾਨ ਸਿੱਧ ਹੋ ਰਿਹਾ ਹੈ। ਅਤੇ ਖਾਸ ਕਰ ਜਿਹੜਾ ਗੋਡਿਆਂ ਦਾ ਦਰਦ ਹੈ, ਗੋਡਿਆਂ ਦੇ ਵਿੱਚ ਗੈਪ ਆ ਗਿਆ, ਗਰੀਸ ਖਤਮ ਹੋ ਗਈ, ਉਹ ਵੀ ਸਮੱਸਿਆ ਲਈ ਕਾਫੀ ਕਾਰਗਰ ਸਿੱਧ ਹੋ ਰਿਹਾ। ਜਦੋਂ ਵੀ ਅਸੀਂ ਤੁਹਾਡੇ ਕੋਲ ਆਉਂਦੇ ਹਾਂ ਤਾਂ ਤੁਹਾਡੇ ਕੋਲ ਕਈ ਪੇਸ਼ੈਂਟਸ ਵੀ ਬੈਠੇ ਹੁੰਦੇ ਨੇ, ਉਹਨਾਂ ਦੇ ਅਸੀਂ ਆਫ ਦੀ ਰਿਕਾਰਡ ਜਦੋਂ ਵਿਚਾਰ ਜਾਣਦੇ ਹਾਂ ਤਾਂ ਕਾਫੀ ਜਿਹੜਾ ਪੋਜ਼ਿਟਿਵ ਰਿਜ਼ਲਟ ਕਾਲਾ ਗੋਂਦ ਦੇ ਆ ਰਹੇ ਨੇ, ਅਤੇ ਤੁਹਾਡੀ ਜ਼ਬਾਨੀ ਸੁਣਾਂਗੇ ਕਿ ਕੀ ਇਹਦੇ ਵਿੱਚ ਅਜਿਹਾ ਖਾਸ ਹੈ ਅਤੇ ਕੀ ਹੁਣ ਤੱਕ ਦੇ ਤਜਰਬੇ ਨੇ। ਜਿਹੜਾ ਕਾਲਾ ਗੋਂਦ ਕੈਪਸੂਲ ਹੈ ਨਾ ਜੀ, ਇਹ ਮੈਂ ਤੁਹਾਨੂੰ ਸੱਚ ਦੱਸਾਂ ਕਿ ਇਹ ਜਦੋਂ ਬਣਾਇਆ ਗਿਆ ਸੀ ਤਾਂ ਇੱਕ ਆਮ ਜਿਹੀਆਂ ਗੱਲਾਂ ਹੁੰਦੀਆਂ ਸੀ ਸਾਡੇ ਵੈਦ ਜੀ ਦੇ ਨਾਲ, ਜਿਹੜੇ ਸਾਡੇ ਸੀਨੀਅਰ ਵੈਦ ਆ, ਆਮ ਜਿਹੀਆਂ ਗੱਲਾਂ ਕਰਦੇ ਕਰਦੇ ਕਿ ਅੱਜ ਕੱਲ੍ਹ ਵੈਦ ਜੀ ਆਪਣੇ ਨਾ, ਕਿਉਂਕਿ ਅਸੀਂ ਕੰਮ ਕਰ ਰਹੇ ਸੀ ਨਸ਼ਾ ਮੁਕਤੀ ਦੇ ਉੱਪਰ ਜ਼ਿਆਦਾਤਰ, ਔਰ ਜ਼ਿਆਦਾਤਰ ਅਸੀਂ ਡਾਇਬਿਟਿਕ ਪੇਸ਼ੈਂਟ ਦੇਖਦੇ ਸੀ, ਨਾਲ ਨਾਲ ਉਹ ਪੇਸ਼ੈਂਟ ਸਲਾਹ ਵੀ ਕਰਦੇ ਸੀ, ਜਦੋਂ ਫਾਇਦਾ ਹੁੰਦਾ ਬੰਦਾ ਵੈਦ ਨਾਲ ਦੂਜੀ ਗੱਲ ਵੀ ਕਰਦਾ ਵੀ ਵੈਦ ਜੀ ਸਾਨੂੰ ਓਪਰੇਸ਼ਨ ਲਈ ਕਹਿ ਤਾ ਗੋਡਿਆਂ ਦਾ ਕੁਛ ਕਰਦੇ ਹੋ ਤੁਸੀਂ, ਮੈਂ ਕਿਹਾ ਵੀ ਸਾਡੇ ਕੋਲ ਤਾਂ ਕੁਛ ਨਹੀਂ ਹੁੰਦਾ, ਆਹੀ ਜਿਹੜੀਆਂ ਆਮ ਨੋਰਮਲ ਦਵਾਈਆਂ ਨੇ ਅਸੀਂ ਦੇ ਦਿੰਦੇ ਹਾਂ, ਵੀ ਜਿਵੇਂ ਕੋਈ ਦਰਦਾਂ ਦੀ ਦਵਾਈ ਦੇ ਤੀ ਕੁਛ ਹੋਰ। ਕਹਿੰਦੇ ਜੀ ਨਹੀਂ, ਅਸੀਂ ਮਤਲਬ ਕਿ ਓਪਰੇਸ਼ਨ ਨਹੀਂ ਕਰਾਉਣਾ ਚਾਹੁੰਦੇ ਕੋਈ ਇਹੋ ਜਿਹੀ ਚੀਜ਼। ਸਾਡੇ 'ਤੇ ਬੜਾ ਪ੍ਰੈਸ਼ਰ ਬਣਨ ਲੱਗਿਆ ਹੌਲੀ ਹੌਲੀ। ਪ੍ਰੈਸ਼ਰ ਕੀ ਬਣਨਾ ਸੀਗਾ, ਜਦੋਂ ਤੁਹਾਡੇ ਕੋਲੋਂ ਕੋਈ ਬੰਦਾ ਰੋਜ਼ ਹੀ ਕੋਈ ਚੀਜ਼ ਵਾਲੀ ਡਿਮਾਂਡ ਕਰਦਾ ਤਾਂ ਫਿਰ ਉਹ ਸੋਚਦਾ ਇੰਸਟੀਟਿਊਸ਼ਨ। ਤਾਂ ਅਸੀਂ ਵੈਦ ਜੀ ਸਾਡੇ ਇੱਕੋ ਹੀ ਨੇ, ਮੈਂ ਅਸੀਂ ਦੋ ਜਣੇ ਹੁੰਦੇ ਸੀਗੇ, ਮੈਂ ਵੈਦ ਜੀ ਨੂੰ ਕਿਹਾ, ਮੈਂ ਕਿਹਾ ਜੀ ਮੈਨੂੰ ਦੱਸੋ ਕੀ ਕਰ ਸਕਦੇ ਹਾਂ, ਜਿਹੜੀ ਜਿਹੜੀ ਜੜੀ ਬੂਟੀ ਚਾਹੀਦੀ ਆਪਾਂ ਅਵੇਲੇਬਲ ਕਰ ਸਕਦੇ ਹਾਂ, ਐਸੀ ਕੋਈ ਗੱਲ ਨਹੀਂ। ਕਹਿੰਦੇ ਤੂੰ ਕਿਹੜਾ ਹਨੂੰਮਾਨ ਆ, ਮੈਂ ਕਿਹਾ ਨਹੀਂ ਹਨੂੰਮਾਨ ਤਾਂ ਨਹੀਂ ਹੈਗੇ, ਉਹ ਤਾਂ ਬਹੁਤ ਵੱਡੀ ਪਾਵਰ ਹੈ, ਪਰ ਇਹ ਜ਼ਰੂਰ ਹੈ ਵੀ ਆਪਾਂ ਹਨੂੰਮਾਨ ਚਾਲੀਸਾ ਪੜ੍ਹਦੇ ਹਾਂ ਸਰ ਰੋਜ਼ ਜੀ, ਸਵੇਰੇ ਸਵੇਰੇ 7-8 ਵਾਰੀ ਪੜ੍ਹਦੇ ਹਾਂ, ਅਤੇ ਆਪਣੇ 'ਤੇ ਪਹਿਰਾ ਤਾਂ ਹੈ। ਮੈਂ ਕਿਹਾ ਇੱਕ ਹਨੂੰਮਾਨ ਜੀ ਦਾ ਪਹਿਰਾ ਆਪਣੇ 'ਤੇ, ਇੱਕ ਤੁਹਾਨੂੰ ਪਤਾ ਬਾਬਾ ਦੀਪ ਸਿੰਘ ਜੀ ਦਾ ਪਹਿਰਾ। ਮੈਂ ਕਿਹਾ ਇਹ ਦੋ ਵੱਡੀਆਂ ਸ਼ਕਤੀਆਂ ਨੇ, ਇਹ ਆਪਾਂ ਤੋਂ ਕੰਮ ਕਰਾ ਰਹੀਆਂ ਨੇ, ਆਪਾਂ ਕੌਣ ਹੁੰਦੇ ਹਾਂ। ਇਹਨਾਂ ਨੇ ਇਹ ਵੀ ਸਿਖਾ ਰੱਖਿਆ ਆਪਾਂ ਨੂੰ ਵੀ 60 ਸਾਲ ਦੇ ਹੋ ਗਏ, ਹੁਣ ਪਤਾ ਨਹੀਂ ਕਿੰਨੇ ਦਿਨ ਦੁਨੀਆ 'ਚ ਹੈਗੇ, ਨਾ ਤਾਂ ਝੂਠ ਬੋਲਣਾ, ਨਾ ਗਲਤ ਕੰਮ ਕਰਨਾ, ਨਾ ਕੁਝ ਲੈਣਾ ਨਾ ਦੇਣਾ। ਅਤੇ ਉਹ ਕੀ ਆ ਕਿ ਉਹ ਬੈਠੇ ਬੈਠੇ ਕਹਿੰਦੇ ਇੱਕ ਜੇ ਨਾ ਕਾਲਾ ਗੂੰਦ ਬਣ ਜੇ, ਡਾਕਟਰ ਸਾਹਿਬ ਸਾਡੇ ਇੱਦਾਂ ਹੀ ਬੋਲਦੇ ਆ, ਬਿਹਾਰ ਤੋਂ ਨੇ ਉਹ, ਕਹਿੰਦੇ ਗੋਇਲ ਸਾਹਿਬ ਅਗਰ ਕਾਲਾ ਗੂੰਦ ਮਿਲ ਜਾਏ ਅਸਲੀ ਤਾਂ ਉਹ ਬਾਤ ਬਣ ਸਕਦੀ ਹੈ। ਮੈਂ ਕਿਹਾ ਸਰ ਕਾਲਾ ਗੂੰਦ ਅਸਲੀ ਮੈਨੂੰ ਦੱਸੋ ਕਿੱਦਾਂ। ਕਹਿੰਦੇ ਆਪ ਬਣਾਓ ਜੈਸੇ ਗੋਂਦ ਚਿਲਗੋਜ਼ਾ, ਗੋਂਦ ਮੋਰਿੰਗਾ, ਗੋਂਦ ਕਿੱਕਰ, ਗੋਂਦ ਪਿੱਪਲ, ਉਸਕੇ ਬਾਅਦ ਗੋਂਦ ਨਿੰਮ ਜੀ, ਪਾਂਚ ਗੋਂਦ ਉਹਨਾਂ ਨੇ ਗਿਣਤੀ ਕਰਵਾਏ। ਮੈਂ ਕਿਹਾ ਸਰ ਠੀਕ ਹੋ ਗਿਆ। ਕਹਿੰਦੇ ਅਬ ਇਨਕੋ ਹਮ ਜੈਸੇ ਬਣਾਏਂਗੇ, ਬਣਾਉਣੇ ਕੀ ਵਿਧੀ ਹਮ ਬਤਾਤੇ ਹੈ, ਇਸਕੇ ਅੰਦਰ ਡਾਲੇਂਗੇ ਕੁਚਲਾ। ਦੇਖੋ ਕਿਤਨੀ ਬੜੀ ਬਾਤ ਥੀ ਕਿ ਕੁਚਲਾ ਡਾਲੇਂਗੇ ਬਣੇਗਾ।
तो उसकी बात चलते 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 हम उस चीज से हट गए, जो वो पांच गोंद था उससे बना पंचम गोंद घटाए तोंद। देखो करने कुछ निकले थे, हो कुछ गया पंजाबी, हाँ हिंदी निकले गए, उदे चो बनिया पंचम गोंद घटाए तोंद, है ना। करण की चले सीगे, करण चले सी गोड्या दी ग्रीस ते काम, वो बन गया पेट घटाउन वास्ते प्रोडक्ट। वो प्रोडक्ट अज इंटरनेशनल हो गया, मतलब बॉम्बे इंडस्ट्री दे विच उपासना मैडम जेडे हैगे आ, उपासना सिंह जेडे कपल दे शो दे विच बुआ दा रोल कीता है, वो स्पेशल उन्होंने उस प्रोडक्ट नूं लैके बोलिया कि वाकई गुल साहब फायदा, और उन्होंने फायदा तुसीं देखो पहले एपीसोड च उन्हां दा की हाल सीगा, दूजे तीजे एपीसोड च जदों आए ने दोबारा बॉम्बे तो मेरे कोल तीन चार महीने बाद, उस किन्ना फर्क पिया। ਤਾਂ ਉਹਨਾਂ ਨੇ ਫਿਰ ਉਦਣ ਕਿਹਾ, ਕਹਿੰਦੇ ਗੁਲ ਸਾਹਿਬ ਕਮਾਲ ਹੈ, ਮੈਂ ਕਿਹਾ ਇਹਦਾ ਕੋਈ ਸਲੋਗਨ ਦਿਓ, ਕਹਿੰਦੀ ਸਲੋਗਨ ਬਣਦਾ ਪੰਚਮ ਗੋਂਦ ਘਟਾਏ ਤੋਂਦ, ਬਿਲਕੁਲ ਜੀ, ਉਹਨਾਂ ਨੇ ਦਿੱਤਾ ਹਿੰਦੀ ਦਾ, ਅਤੇ ਉਹ ਫਿਰ ਬੜਾ ਨੈਸ਼ਨਲ ਲੈਵਲ ਚੱਲਿਆ, ਹੁਣ ਵੀ ਚੱਲ ਰਿਹਾ, ਉਹ ਬੜਾ ਵਧੀਆ, ਜਿਨ੍ਹਾਂ ਦੇ ਪੇਟ ਵੱਧ ਜਾਂਦਾ, ਫੈਟ ਵੱਧ ਜਾਂਦੇ ਨੇ, ਪੇਟ 'ਚ ਟ੍ਰਾਈਗਲਿਸਰਾਈਡ ਵੱਧ ਜਾਂਦੇ ਨੇ, ਕੋਲੈਸਟ੍ਰੋਲ ਵੱਧ ਜਾ, ਉਹ ਇਕੱਲਾ ਹੀ ਕੰਮ ਕਰੀ ਜਾਂਦਾ, ਕਿਉਂਕਿ ਉਹ 'ਚ ਪੰਜ ਤਾਂ ਗੋਂਦ ਪੈ ਗਏ, ਫਿਰ ਉਹਦੇ ਵਿੱਚ ਨਾਲ ਇੱਕ ਦੋ ਚੀਜ਼ਾਂ ਹੋਰ ਪਾਈਆਂ, ਉਹਦੇ ਬਾਰੇ ਫਿਰ ਗੱਲ ਕਰਦੇ ਹਾਂ। ਪਹਿਲਾਂ ਆਪਣੀ ਗੱਲ ਚੱਲ ਰਹੀ ਸੀ ਕਾਲਾ ਗੋਂਦ ਕਿਵੇਂ ਬਣਿਆ, ਫਿਰ ਅਸੀਂ ਉਹ ਪੰਚਮ ਗੋਂਦ ਤੋਂ ਹਟ ਕੇ ਉਹਦਾ ਅਲੱਗ ਪ੍ਰੋਡਕਟ ਬਣ ਗਿਆ, ਗੌਰਮੈਂਟ ਤੋਂ ਅਪਰੂਵਡ ਵੀ ਕਰਾਇਆ ਉਹਨੂੰ, ਅਤੇ ਫਿਰ ਅਸੀਂ ਕਾਲੇ ਗੋਂਦ 'ਤੇ ਫਿਰ ਟਿਕੇ ਰਹੇ ਜੀ। ਮੈਨੂੰ ਬੜੀ ਚਿਟਕ ਸੀ, ਤੁਸੀਂ ਧਰਮਿੰਦਰ ਜੀ ਦੇਖੋ ਵੀ ਕਈ ਸੌ ਤਰ੍ਹਾਂ ਦਾ, ਮਤਲਬ 100 ਟਾਈਪ ਦਾ ਕਾਲਾ ਗੋਂਦ ਆ ਗਿਆ ਮੇਰੇ ਟੇਬਲ 'ਤੇ, ਜਦੋਂ ਮੈਂ ਅਲੱਗ ਅਲੱਗ ਡਿਸਟ੍ਰੀਬਿਊਟਰਾਂ ਨੂੰ ਉਹਦੇ ਬਾਰੇ ਫੋਨ ਘੁਮਾਇਆ ਜੀ, ਡਿਮਾਂਡ ਦਿੱਤੀ ਕਿ ਸਾਨੂੰ ਕਾਲਾ ਗੋਂਦ ਚਾਹੀਦਾ, ਉਹਦੇ 'ਚੋਂ ਇੱਕ ਵੀ ਕਾਲਾ ਗੋਂਦ ਖਰਾ ਨਹੀਂ ਉਤਰਿਆ ਜੀ। ਸਾਨੂੰ 2.5-3 ਮਹੀਨੇ ਲੱਗੇ ਜੀ ਉਹਨੂੰ ਲੈਬ ਟੈਸਟ 'ਚ, ਇੱਕ ਟੈਸਟਿੰਗ ਦੇ ਉੱਤੇ ਸਾਡਾ 14,000-14,500 ਰੁਪਏ ਲੱਗਦਾ, ਤੁਸੀਂ ਕੋਈ ਵੀ ਲੈਬ ਟੈਸਟ ਕਰਾ ਲਓ ਉਹਦਾ 14,000 ਰੁਪਇਆ, ਮਤਲਬ ਮੈਡੀਸਿਨ ਦਾ, ਅਤੇ ਉਹ ਅਸੀਂ ਸਾਰੇ ਕਰਾਏ ਜੀ, ਮਤਲਬ ਪਹਿਲਾਂ ਤਾਂ ਅਸੀਂ ਨਹੀਂ ਪਰਵਾਹ ਕਰਦੇ ਸੀ, ਪਹਿਲਾਂ ਅਸੀਂ ਉਹਦੇ ਬਾਅਦ 'ਚ ਫਿਰ ਅਸੀਂ ਇਹਨੂੰ ਸਾਰੇ ਟੈਸਟ ਕਰਾ ਕੇ ਅਖੀਰ ਫਿਰ ਜਦੋਂ ਸਾਨੂੰ ਲੱਗਿਆ ਵੀ ਨਹੀਂ ਬਣਨਾ ਅਸੀਂ ਛੱਡਤੀ ਗੱਲ, ਜਦੋਂ ਅਸੀਂ ਛੱਡਤੀ ਫਾਰਮੇਸੀ ਵਾਲਿਆਂ ਨੂੰ ਬਹੁਤ ਨੂੰ ਅਸੀਂ ਅਜਮਾ ਕੇ ਦੇਖਿਆ ਨਹੀਂ ਬਣੀ ਗੱਲ, ਇੱਕ ਮਾਰਕੀਟ 'ਚ ਵੀ ਬੜੇ ਕਾਲਾ ਗੋਂਦ ਗੋਂਦ ਸੀ ਆ ਜੇ ਉਹ ਚੱਲਦੇ ਪ੍ਰੋਡਕਟ, ਅਸੀਂ ਉਹਨਾਂ ਨੂੰ ਵੀ ਦੇਖਿਆ ਟਕਾ ਕੇ ਨਹੀਂ ਬਣੀ ਗੱਲ। ਫਿਰ ਅਸੀਂ ਇੱਕ ਰਾਜਸਥਾਨ ਦੀ ਬਹੁਤ ਵੱਡੀ ਹੈਗੀ ਆ ਫਰਮ, ਜਿਹੜੇ ਮਤਲਬ ਕਿ ਉਹ ਦਿੰਦੇ ਹੈਗੇ ਆ ਜੜੀ ਬੂਟੀਆਂ ਸਪਲਾਈ ਦਿੰਦੇ ਆ ਸਪਲਾਇਰ ਨੂੰ, ਅਤੇ ਉਹਨਾਂ ਨਾਲ ਕਿਤੇ ਸਾਡਾ ਰਾਬਤਾ ਕਾਇਮ ਹੋ ਗਿਆ। ਇੱਕ ਬੰਦਾ ਸਾਡੇ ਕੋਲ ਆਉਂਦਾ ਸੀ, ਉਹ ਬੰਦਾ ਮੀਡੀਆ ਦਾ ਹੀ ਸੀਗਾ ਜੀ, ਲੇਕਿਨ ਉਹ ਜੜੀ ਬੂਟੀ ਦਾ ਬਹੁਤ ਮਾਹਰ ਸੀ, ਬੰਦਾ ਹਰ ਕੋਈ ਨਹੀਂ ਹੈ ਕਿ ਮੀਡੀਆ ਦਾ ਕੰਮ ਕਰ ਰਿਹਾ, ਉਹਨੂੰ ਹੋਰ ਕੋਈ ਨੌਲੇਜ ਨਹੀਂ, ਕਈ ਵਾਰੀ ਉਹਨਾਂ ਨੂੰ ਆਪਣੇ ਨਾਲ ਵੱਧ ਹੁੰਦੀ ਆ, ਅਤੇ ਉਹਨੇ ਫਿਰ ਮੈਨੂੰ ਉਹਦੇ ਨਾਲ ਬੈਠੇ ਬੈਠੇ ਗੱਲ ਹੋ ਗਈ, ਮੈਂ ਕਿਹਾ ਯਾਰ ਕਾਲਾ ਗੋਂਦ 'ਤੇ ਕੰਮ ਕਰ ਰਿਹਾ, ਵੀ ਵੈਦ ਜੀ ਕਹਿੰਦੇ ਗੋਡਿਆਂ ਦੇ ਗਰੀਸ ਲਈ ਬੜਾ ਕੰਮ ਕਰਦੇ ਉਹ ਚੀਜ਼, ਮੈਂ ਸਾਨੂੰ ਆਹ ਦੇਖ ਲਾ ਕਿੱਡਾ ਟੇਬਲ ਭਰਿਆ, ਹੁਣ ਵੀ ਪਈਆਂ ਨੇ ਉਹ ਚੀਜ਼ਾਂ ਸਾਡੇ ਕੋਲ, ਅਤੇ ਮੈਂ ਕਿਹਾ ਕੁਝ ਇਹਨਾਂ 'ਚੋਂ ਰਿਜ਼ਲਟਾਂ ਦੇਖੋ, ਲੈਬ ਕਿਸੇ ਲੈਬ ਟੈਸਟ ਨੇ ਦਿੱਤਾ ਹੀ ਨਹੀਂ ਵੀ ਐਗਜੈਕਟ, ਮਤਲਬ ਮੈਂ ਕਿਹਾ 70% ਤੱਕ ਵੀ ਨਹੀਂ ਪਹੁੰਚਿਆ ਆਪਾਂ ਤਾਂ ਦੇ ਪਾਈਏ। ਤਾਂ ਫਿਰ ਕੀ ਹੋਇਆ, ਉਹ ਬੰਦੇ ਨੇ ਦੱਸਿਆ, ਕਹਿੰਦਾ ਗੋਇਲ ਸਾਹਿਬ ਤੁਹਾਡਾ ਕੰਮ ਤਾਂ ਇਹ ਹੋਇਆ ਵੀ ਦੀਵੇ ਥੱਲੇ ਹਨੇਰੇ ਵਾਲੀ ਗੱਲ ਹੈ, ਕਹਿੰਦਾ ਤੁਸੀਂ ਹਿਮਾਚਲ ਨੂੰ ਜਾਓ, ਇੱਥੋਂ 20 ਕਿਲੋਮੀਟਰ 'ਤੇ ਹਿਮਾਚਲ ਸ਼ੁਰੂ ਹੋ ਜਾਂਦਾ ਚੰਡੀਗੜ੍ਹ ਤੋਂ, ਕਹਿੰਦੇ ਤੁਸੀਂ ਹਿਮਾਚਲ ਜਾਓ, ਮੈਂ ਕਿਹਾ ਮੈਂ ਜਾਓ ਕਹਿੰਦਾ ਮੈਂ ਤਾਂ ਜਾਂਦਾ ਹੀ ਰਹਿੰਦਾ ਜੀ, ਹੈ ਨਾ, ਅਤੇ ਤੁਸੀਂ ਜਦੋਂ ਜਾਓਗੇ ਕਹਿੰਦਾ ਉੱਥੇ ਪੇੜ ਨੇ ਲੰਬੇ ਚੀਲ ਦੇ ਪੇੜ, ਉਹਨਾਂ ਦੇ ਵਿੱਚੋਂ ਨਿਕਲਦੀ ਆ ਕਹਿੰਦਾ ਜਿਹੜੀ ਗੋਂਦ, ਉਹ ਦੇਖੋ ਟਰਾਈ ਕਰਕੇ।
ਮੈਂ ਕਿਹਾ ਉਹਦੇ ਕਰਦੇ ਕਿੱਦਾਂ ਇਕੱਠੀ ਹੋ ਗਈ? ਕਹਿੰਦੇ ਜੀ ਉੱਥੇ ਤੁਸੀਂ ਜਾਓਗੇ, ਜਿਹੜੇ ਲੋਕ ਨੇ ਇੱਧਰ ਪਹਾੜੀ ਜਿੰਨੇ ਵੀ ਪਹਾੜਾਂ ਦੇ ਏਰੀਏ 'ਚ ਨੇ, ਉਹ ਉਹਦੇ ਵਿੱਚ ਆਪਦੀਆਂ ਕੁੱਪੀਆਂ ਲਾ ਕੇ ਰੱਖਦੇ ਆ, ਉਹਨੂੰ ਕਲੈਕਟ ਕਰਦੇ ਆ। ਔਰ ਅਸੀਂ ਦੇਖਿਆ ਜਾ ਕੇ ਵਾਕਈ ਲੱਗੀਆਂ ਹੋਈਆਂ ਸੀ। ਕਲੈਕਸ਼ਨ ਪੁੱਛੀ ਕਿੱਦਾਂ ਹੋਊ? ਕਹਿੰਦੇ ਜੀ ਇਹ ਤਾਂ ਆਹ ਕੰਮ ਆਉਂਦਾ, ਕੋਈ ਗੋਡਿਆਂ ਬਾਰੇ ਕਿਸੇ ਨੇ ਨਹੀਂ ਦੱਸਿਆ, ਉਹ ਹੋਰ ਕੰਮ ਕਈ ਆਉਂਦਾ। ਅਤੇ ਮੈਂ ਕਿਹਾ ਠੀਕ ਆ, ਅਤੇ ਅਸੀਂ ਉਹਨਾਂ ਤੋਂ ਲਿਆ, ਲੈ ਕੇ ਅਸੀਂ ਡਾਇਰੈਕਟ ਲੈਬ 'ਚ ਭੇਜਿਆ, ਲੈਬ ਨੇ ਓਕੇ ਕਰਤਾ ਜੀ। ਲੈਬ ਨੇ ਓਕੇ ਕੀਤਾ, ਅਸੀਂ ਚੱਕ ਕੇ ਡਿਪਾਰਟਮੈਂਟ ਨੂੰ ਭੇਜਤਾ, ਡਿਪਾਰਟਮੈਂਟ ਨੇ ਸਾਨੂੰ GMP ਸਰਟੀਫਾਈਡ ਦੇਤਾ ਉਹਦੇ ਉੱਤੇ ਵੀ ਓਕੇ ਆ ਤੁਹਾਡਾ ਪ੍ਰੋਡਕਟ, ਜੇ ਤੁਸੀਂ ਦੇ ਸਕਦੇ ਹੋ। ਜਿਵੇਂ ਨਾ ਐਲੋਪੈਥੀ ਦੇ ਵਿੱਚ ਉਹਨਾਂ ਕੋਲ ਕੀ ਆ, ਗਲੂਕੋਜ਼ਾਮਾਈਨ ਆ ਜਾਂ ਹੋਰ ਇੱਦਾਂ ਦੀਆਂ ਚੀਜ਼ਾਂ ਉਹ ਦਿੰਦੇ ਆ, ਉਹ ਫਿਰ ਲੌਂਗ ਟਾਈਮ ਲੋਕ ਖਾਈ ਜਾਂਦੇ ਸੀ ਜੀ। ਫਾਇਦਾ ਕਿਸੇ ਨੂੰ ਪੁੱਛੋ ਹੁੰਦਾ, ਉਹ ਕਹਿੰਦੇ ਹੋਊਗਾ ਹੀ, ਖਾਈ ਜਾਂਦੇ ਸੀ। ਪਰ ਇਹ ਜਿਹੜਾ ਸੀਗਾ ਸਟੀਕ ਬਣਿਆ ਪ੍ਰੋਡਕਟ, ਮਤਲਬ ਗਲੂਕੋਜ਼ਾਮਾਈਨ ਤੋਂ ਬਹੁਤ ਹਟ ਕੇ ਚੀਜ਼ ਬਣੀ ਇਹ। ਔਰ ਜਦੋਂ ਅਸੀਂ ਇਹ ਲੋਕਾਂ ਨੂੰ ਦਿੱਤਾ ਤਾਂ ਪਹਿਲਾਂ ਬੜਾ ਡਰ ਲੱਗਿਆ ਮਨ ਦੇ ਵਿੱਚ, ਅਸੀਂ ਦੇਈ ਤਾਂ ਗਏ, ਬੜਾ ਮਨ ਡਰਿਆ ਵੀ ਯਾਰ ਕਿਤੇ ਫਾਇਦਾ ਨਾ ਹੋਇਆ, ਇੰਨਾ ਪੈਸਾ ਵੀ ਲੱਗ ਗਿਆ, ਇੰਨਾ ਖਰਚਾ ਵੀ ਹੋਇਆ, ਸਰਚ 'ਤੇ, ਰੀਸਰਚ 'ਤੇ, ਸਾਰੀਆਂ ਚੀਜ਼ਾਂ ਹੋਈਆਂ। ਅਤੇ ਸਭ ਤੋਂ ਪਹਿਲਾਂ ਜੀ ਅਸੀਂ ਇੰਡੀਆ ਤੋਂ ਬਾਹਰ ਭੇਜਿਆ ਹੈ ਜੀ। ਸਾਨੂੰ ਮਤਲਬ ਤਸੱਲੀ ਇਹ ਵੀ ਹੋ ਗਈ ਵੀ ਜਿਹੜੀ ਇੰਡੀਆ ਤੋਂ ਬਾਹਰ ਦਵਾਈ ਜਾਂਦੀ ਹੈ ਸਾਡੀ, ਉਹ ਵੀ ਲੈਬ ਟੈਸਟ ਹੋ ਕੇ ਜਾਂਦੀ ਹੈ, ਵੀ ਉਹਨਾਂ ਨੇ ਵੀ ਓਕੇ ਕੀਤਾ ਤਾਂ ਗਿਆ ਅਤੇ ਚਲਾ ਗਿਆ ਜੀ। ਉੱਥੇ ਗਿਆ ਤਾਂ ਉੱਥੇ ਅਸੀਂ ਰੇਡੀਓ 'ਤੇ ਇਹਦੇ ਬਾਰੇ ਪ੍ਰਚਾਰ ਕੀਤਾ, 2-3 TV ਚੈਨਲਾਂ 'ਤੇ ਪ੍ਰਚਾਰ ਦਿੱਤਾ, ਤਾਂ ਲੋਕਾਂ ਨੂੰ ਅਵੇਅਰਨੈਸ ਹੋਈ। ਸਾਨੂੰ 10-20 ਲੋਕਾਂ ਦਾ ਔਡਰ ਆਇਆ। ਪਹਿਲੇ ਔਡਰ ਅਸੀਂ 22-23 ਕੱਢੇ ਸੀ ਇੱਕ ਮਹੀਨੇ 'ਚ, ਅੱਜ 3,000 ਔਡਰ ਜਾਂਦਾ ਵੱਧ ਘੱਟ ਤੋਂ ਘੱਟ। ਅਤੇ ਉਹ ਜਦੋਂ ਅਸੀਂ 22-23 ਔਡਰ 30 ਔਡਰ ਕੱਢੇ ਤਾਂ ਉਹਦੇ ਵਿੱਚੋਂ ਲੋਕਾਂ ਨੇ ਸਾਨੂੰ 70% ਇੰਪਰੂਵਮੈਂਟ ਦੱਸੀ ਜੀ, ਕਿ ਗੁਰਸਿਰ 70% ਤੱਕ ਸਾਨੂੰ ਲੱਗਦਾ ਵੀ ਸਾਡੇ ਗੋਡੇ ਬਚ ਜਾਣਗੇ ਓਪਰੇਸ਼ਨ ਤੋਂ। ਅੱਜ ਧਰਮਿੰਦਰ ਜੀ ਤੁਸੀਂ ਯਕੀਨ ਮੰਨੋ, ਉਸੀ ਕਾਲੇ ਗੋਂਦ ਨੂੰ ਅਸੀਂ ਜਦੋਂ ਲੋਕਾਂ ਨੂੰ ਦਿੰਦੇ ਹਾਂ ਤਾਂ ਇੱਕ ਉਹਦੇ 'ਚੋਂ ਤੇਲ ਬਣਿਆ, ਇੱਕ ਕਰੀਮ ਬਣੀ, ਫਿਰ ਇੱਕ ਜੈੱਲ ਬਣੀ, ਕਾਲੇ ਗੋਂਦ 'ਚੋਂ ਹੀ ਬਣੀ ਜੀ। ਤਾਂ ਉਹ ਜਿਹੜੀ ਚੀਜ਼ ਬਣੀ ਤਾਂ ਉਹਦੇ ਨਾਲ ਇੱਕ ਬਹੁਤ ਵਧੀਆ ਚੀਜ਼ ਸਾਹਮਣੇ ਆਈ ਖੁੱਲ੍ਹ ਕੇ, ਜਿਹਨੂੰ ਵੀ ਦਿੱਤਾ ਉਹਦੇ ਨਾਲ। ਫਿਰ ਪੰਚਮ ਹਲਦੀ ਬਣੀ, ਪੰਚਮ ਹਲਦੀ ਤਾਂ ਬਣਾਉਣੀ ਪਈ ਕਿ ਕਾਲਾ ਗੋਂਦ ਇਕੱਲਾ ਇਫੈਕਟ ਨਾ ਕਰੇ, ਤਾਂ ਆਹ ਚੀਜ਼ ਦਿਓ ਨਾਲ ਉਹਦਾ। ਅਸੀਂ ਫਿਰ ਪੰਚਮ ਹਲਦੀ ਦੇ ਵਿੱਚ 5 ਹਲਦੀਆਂ ਪਾਈਆਂ। ਇਹ ਮੈਂ ਸਾਰੇ ਨੁਸਖੇ ਬੋਲੇ ਹੋਏ ਨੇ ਆਪਣੇ ਚੈਨਲ 'ਤੇ, ਲੋਕ ਬਣਾਉਂਦੇ ਵੀ ਨੇ ਘਰਾਂ 'ਚ। ਜਿਹੜੀ ਪੰਚਮ ਹਲਦੀ ਬਣਾਈ ਤਾਂ ਫਿਰ ਅਸੀਂ ਕਿਹਾ ਕਿ ਪੰਚਮ ਹਲਦੀ ਦਾ 1/2 ਚਮਚਾ ਪਹਿਲਾਂ ਮੈਂ ਕਿਹਾ ਦੁੱਧ 'ਚ ਭੁੰਨ ਲਓ, ਦੇਸੀ ਘਿਓ ਪਾ ਲਓ, ਹੌਲੀ 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 ਸੋਧ ਹੁੰਦੇ ਗਏ। ਹੁਣ ਅਸੀਂ ਕਹਿੰਦੇ ਕਿ ਇਹਦਾ 1/2 ਚਮਚਾ ਦੁੱਧ ਗਰਮ ਕਰੋ, ਉਹਦੇ ਵਿੱਚ ਘੋਲ ਲਓ, ਉੱਪਰੋਂ ਹੀ ਘੋਲ ਕੇ ਇਹਨੂੰ ਪੀਓ, ਅਤੇ ਇਹਦੇ ਨਾਲ ਹੌਲੀ ਹੌਲੀ ਉਹ ਕੈਪਸੂਲ ਖਾ ਲਓ ਕਾਲਾ ਗੋਂਦ। ਲਓ ਜੀ, ਪੇਸ਼ੈਂਟ ਜਿਹੜਾ ਰਾਤ ਨੂੰ ਖਾਂਦਾ ਉਹ ਸਵੇਰੇ ਉਹਨੂੰ ਫੀਲ ਆਉਂਦਾ ਵੀ ਯਾਰ ਕਮਾਲ ਹੈ। ਔਰ ਜਦੋਂ ਬੈੱਡ ਤੋਂ ਉਤਰਦਾ, ਉਤਰਨ ਸਾਰ ਬੋਲਦਾ ਥੈਂਕ ਯੂ ਗੋਇਲ ਸਾਹਿਬ। ਮਤਲਬ ਮੈਂ ਉੱਥੇ ਹੁੰਦਾ ਵੀ ਨਹੀਂ ਤਾਂ ਵੀ ਬੋਲਦਾ ਥੈਂਕ ਯੂ ਗੋਇਲ ਸਾਹਿਬ। ਅੱਜ ਤਾਂ ਮਤਲਬ ਕਮੋਡ 'ਤੇ ਬੈਠ ਕੇ ਜਦੋਂ ਟਾਇਲਟ ਕਰਦਾ, ਉੱਠਦਾ, ਉਹਨੂੰ ਫੀਲ ਪਤਾ ਲੱਗਦਾ ਵੀ ਚੇਂਜ ਆਈ ਆ। ਤਾਂ ਫਿਰ ਉਹ ਬੜੇ ਮਨ ਨਾਲ ਉਸ ਟ੍ਰੀਟਮੈਂਟ ਨੂੰ ਮਹੀਨਾ ਕਰਦਾ, ਫਿਰ ਮੇਰੇ ਕੋਲ ਆਉਂਦਾ। ਜਦੋਂ ਮੇਰੇ ਕੋਲ ਆਉਂਦਾ ਆ ਕੇ ਦੱਸਦਾ ਸਾਨੂੰ ਵੀ ਗੋਇਲ ਸਾਹਿਬ ਇਹਦੇ ਨਾਲ ਸਾਨੂੰ ਇੰਨਾ ਕੁ ਫਾਇਦਾ ਹੋਇਆ, ਮਨ ਚੌਗਣਾ ਹੋ ਜਾਂਦਾ ਵੀ ਯਾਰ ਅਸੀਂ ਤਾਂ ਕੁਛ ਹੋਰ ਕਰਨ ਤੁਰੇ ਸੀ, ਯਾਰ ਰੱਬ ਨੇ ਸਾਡੀ ਹੋਰ ਡਿਊਟੀ ਲਾ ਤੀ। ਤਾਂ ਉਹ ਕਰਦੇ ਕਰਦੇ ਨਾ ਧਰਮਿੰਦਰ ਜੀ ਇੰਨੇ ਵਧੀਆ ਰਿਜ਼ਲਟ ਆ ਗਏ। ਅੱਜ ਅਸੀਂ ਕਹਿ ਸਕਦੇ ਹਾਂ ਕਿ ਘੱਟੋ ਘੱਟ 6-7 ਲੱਖ ਲੋਕ ਜਿਹੜੇ ਸੀਗੇ ਜਿਹੜੇ ਓਪਰੇਸ਼ਨ ਕਰਾਉਣ ਜਾ ਰਹੇ ਸੀ ਜੀ, ਅਸੀਂ ਉਹਨਾਂ ਨੂੰ ਠੀਕ ਨਹੀਂ ਕਰਿਆ। ਸਾਨੂੰ ਤਾਂ ਇੰਨੇ ਲੋਕ ਮਿਲ ਵੀ ਨਹੀਂ ਪਾਏ, ਕਿੰਨਿਆਂ ਕੋਲ ਨੂੰ ਮਿਲ ਲਾਂਗੇ, ਬਿਲਕੁਲ। ਪਰ ਅਸੀਂ ਇੰਨੇ ਲੋਕਾਂ ਨੂੰ ਰੋਕ ਲਿਆ, ਜਿਹੜੇ ਓਪਰੇਸ਼ਨ ਦੇ ਫਾਰਮ ਭਰੀ ਬੈਠੇ ਦੀ ਉਹ ਵੀ ਰੁਕ ਗਏ ਵੀ ਜਿੱਦਣ ਗੋਇਲ ਸਾਹਿਬ ਦੀ ਅਪੁਆਇੰਟਮੈਂਟ ਮਿਲੂਗੀ।
ਉਦਣ ਦੇਖਾਂਗੇ ਵੀ ਇੱਕ ਵਾਰੀ ਮਿਲ ਲਈਏ ਬੰਦੇ ਨੂੰ, ਮਿਲ ਕੇ ਉਦੋਂ ਬਾਅਦ ਜੇ ਉਹਨੇ ਕਹਿ ਦਿੱਤਾ ਆਪਰੇਸ਼ਨ ਹੋਊਗਾ ਤਾਂ ਫਿਰ ਆਪਰੇਸ਼ਨ ਕਰਾਵਾਂਗੇ, ਜੇ ਉਹਨੇ ਕਹਿ ਦਿੱਤਾ ਕਿ ਆਪਾਂ ਦਵਾਈ ਨਾਲ ਠੀਕ ਹੋ ਸਕਦੇ ਹਾਂ ਤਾਂ ਫਿਰ ਦਵਾਈ ਖਾਵਾਂਗੇ। ਤਾਂ ਉਹ ਜਿਹੜੀ ਚੀਜ਼ ਆ ਉਹ ਸਾਨੂੰ ਬੜੀ ਗੁੱਡ ਲੱਗੀ ਕਿ ਅੱਜ 3-4 ਮਹੀਨੇ ਦੀ ਵੇਟਿੰਗ ਆ ਆਪਣੇ ਆਫਿਸ ਦੀ। ਇਹ ਪਹਿਲਾ ਮਤਲਬ ਮੈਨੂੰ ਵਰਦਾਨ ਮਿਲਿਆ ਰੱਬ ਦਾ, ਬੜਾ ਆਸ਼ੀਰਵਾਦ, ਬਾਬਾ ਦੀਪ ਸਿੰਘ ਜੀ ਦੀ ਬੜੀ ਕਿਰਪਾ ਹੋਈ, ਬਜਰੰਗ ਬਲੀ ਦਾ ਬੜਾ ਆਸ਼ੀਰਵਾਦ ਰਿਹਾ ਕਿ ਉਹਦੇ ਵਿੱਚ ਬੜੀ ਕਮਾਲ ਦੇ ਰਿਜ਼ਲਟ ਸਾਨੂੰ ਮਿਲੇ। ਤਾਂ ਉਹ ਜਿਹੜੇ ਹੁਣ ਉਹਨੇ ਸਾਨੂੰ ਮਾਰਕੀਟ ਦੇ ਵਿੱਚ ਜਿਵੇਂ ਸਾਡੇ ਐਕਸ ਪਲੱਸ ਕੈਪਸੂਲ ਹੈ, ਉਹਨੇ ਉਹ ਸਾਡੀ ਰੀੜ੍ਹ ਦੀ ਹੱਡੀ ਹੈ ਐਕਸ ਪਲੱਸ ਸਾਡੀ ਫਰਮ ਦੀ, ਕਿ ਜਿਹਨੂੰ ਵੀ ਦੇ ਦਿੱਤਾ ਉਹਦੇ ਘਰ 'ਚ ਥੈਂਕ ਯੂ ਹੀ ਚੱਲਦਾ। ਗੋਇਲ ਸਾਹਿਬ ਐਕਸ ਪਲੱਸ ਵਾਲੇ ਗੱਲਬਾਤ ਬਣਦੀ ਹੈ ਜਿੱਥੇ ਆ ਕਹਿੰਦੇ ਨੇ ਲੋਕ ਗੋਇਲ ਸਾਹਿਬ ਉਹ ਜਿਹੜੇ ਐਕਸ ਪਲੱਸ ਵਾਲੇ ਕਹਿੰਦੇ ਆ। ਇਹਦੇ ਨਾਲ ਖੁਸ਼ੀ ਹੁੰਦੀ ਆ ਕਿ ਲੋਕ ਧੀਆਂ ਪੁੱਤਾਂ ਦੇ ਨਾਂ ਤੋਂ ਜਾਣੇ ਜਾਂਦੇ ਨੇ, ਮੈਂ ਪ੍ਰੋਡਕਟਾਂ ਦੇ ਨਾਂ ਤੋਂ ਜਾਣਿਆ ਜਾਂਦਾ, ਤਾਂ ਬੜੀ ਖੁਸ਼ੀ ਹੁੰਦੀ ਹੈ ਅਸੀਂ ਆਪਣੇ ਦੇਸ਼ ਨੂੰ ਆਪਣੇ ਲੋਕਾਂ ਨੂੰ ਕੁਛ ਦਿਆ। ਔਰ ਜਦੋਂ ਦੁਨੀਆਂ 'ਚੋਂ ਜਾਣਾ, ਦੇਖੋ ਰਹਿਣਾ ਕਿਸੇ ਨੇ ਨਹੀਂ, ਇਹ ਸੱਚਾਈ ਆ, ਰਹਿਣਾ ਗੋਇਲ ਸਾਹਿਬ ਨੇ ਵੀ ਨਹੀਂ, ਇਹ ਜੇ ਬਹੁਤ ਬੰਦੇ ਆ ਕੇ ਬੋਲ ਕੇ ਚਲੇ ਗਏ, ਰਹਿਣਾ ਮੈਂ ਵੀ ਨਹੀਂ ਹੈਗਾ, ਪਰ ਰਹਿਣਾ ਕਿਸੇ ਨੇ ਵੀ ਨਹੀਂ, ਜਿਹਨਾਂ ਦੇ ਗੋਡੇ ਦੁਖਦੇ ਰਹਿਣਾ ਉਹਨਾਂ ਨੇ ਵੀ ਨਹੀਂ, ਪਰ ਇਹ ਵੀ ਜਿੰਨੀ ਦੇਰ ਦੁਨੀਆਂ 'ਚ ਰਹੀਏ ਸਮਾਜ ਵਿੱਚ ਰਹੀਏ ਤਾਂ ਚੱਲਦੇ ਫਿਰਦੇ ਲੋਕਾਂ 'ਤੇ ਬੋਝ ਨਾ ਬਣੀਏ ਲੋਕਾਂ ਲਈ। ਜਿਵੇਂ ਹੁਣ ਅਸੀਂ ਬੈਠੇ ਹਾਂ, ਕਿਸੇ ਦੇ ਦਿਮਾਗ 'ਤੇ ਐਂ ਬੋਝ ਨਾ ਪਵੇ ਵੀ ਯਾਰ ਗੋਇਲ ਸਾਹਿਬ ਪਤਾ ਨਹੀਂ ਕੀ ਕਰਦੇ ਆ ਕੀ ਨਹੀਂ ਕਰਦੇ ਆ। ਸਾਰੀਆਂ ਚੀਜ਼ਾਂ ਸਪਾਟ ਨੇ, ਜਿਹੜਾ ਮਿਲਣਾ, ਜਿਹੜਾ ਇੱਕ ਵਾਰੀ ਮੈਨੂੰ ਮਿਲ ਲੈਂਦਾ ਉਹ ਓਕੇ ਆ, ਜਿਹੜਾ ਮੈਨੂੰ ਮਿਲਿਆ ਹੀ ਨਹੀਂ ਉਹਦੇ ਬਾਰੇ ਮੈਂ ਕੁਛ ਕਹਿ ਨਹੀਂ ਸਕਦਾ ਕਿ ਉਹ ਮੇਰੇ ਬਾਰੇ ਕੀ ਵਿਚਾਰ ਰੱਖਦਾ। ਪਰ ਮੈਨੂੰ ਇੰਨਾ ਜ਼ਰੂਰ ਪਤਾ ਵੀ ਜਿਵੇਂ ਨਾ ਜਦੋਂ ਕੋਈ ਬੰਦਾ ਆਪਣਾ ਦਸਤੂਰ ਹੈ ਜਨਤਾ ਦਾ ਕਿ ਜਦੋਂ ਕੋਈ ਬੰਦਾ ਦੁਨੀਆਂ 'ਚੋਂ ਚਲਿਆ ਜਾਂਦਾ ਫਿਰ ਕਹਿੰਦੇ ਨੇ ਵੀ ਯਾਰ ਵਧੀਆ ਹੁੰਦਾ ਸੀ, ਚੰਗਾ ਹੁੰਦਾ ਸੀ, ਐਂ ਹੁੰਦਾ ਸੀ, ਉਹ ਹੁੰਦਾ ਸੀ, ਹੈ ਨਾ। ਲੇਕਿਨ ਜਿੰਨੀ ਦੇਰ ਉਹ ਪ੍ਰੈਜੈਂਟ ਆ ਉਹਦੀ ਵੈਲਿਊ ਪੈ ਹੀ ਨਹੀਂ ਸਕਦੀ, ਚਾਹੇ ਮੈਂ ਹਾਂ, ਚਾਹੇ ਤੁਸੀਂ ਹੋ, ਚਾਹੇ ਕੋਈ ਵੀ ਆ। ਤਾਂ ਇਹ ਜ਼ਰੂਰ ਮੈਨੂੰ ਪਤਾ ਕਿ ਜਿਹੜੇ ਕੰਮ ਮੈਂ ਕੀਤੇ ਨੇ ਜਦੋਂ ਮੈਂ ਦੁਨੀਆਂ 'ਚੋਂ ਚਲਿਆ ਗਿਆ, ਇਹ ਵੀਡੀਓ ਮੂਸੇਵਾਲੇ ਦੇ ਗਾਣਿਆਂ ਵਾਂਗੂ ਵੱਜਣਗੇ, ਲੋਕਾਂ ਦੇ ਦਿਲਾਂ 'ਚ ਵੱਜਣਗੇ, ਔਰ ਲੋਕ ਇਹਨਾਂ ਦੇ ਫਾਇਦੇ ਚੱਕਣਗੇ ਔਰ ਕਹਿਣਗੇ ਵੀ ਯਾਰ ਇਹ ਜਾਣਾ ਨਹੀਂ ਸੀ ਚਾਹੀਦਾ ਬੰਦਾ। ਇੰਨਾ ਕੁ ਮੈਨੂੰ ਖੁਸ਼ੀ ਆ ਕਿ ਜਦ ਦੁਨੀਆਂ 'ਚੋਂ ਜਾਵਾਂਗੇ ਐਂ ਲੱਗੂਗਾ ਵੀ ਅੱਜ ਆਪਾਂ ਆਪਣੇ ਆਉਣ ਵਾਲੇ ਸਮਾਜ ਨੂੰ, ਆਉਣ ਵਾਲੀ ਦੁਨੀਆਂ ਨੂੰ ਬਾਬੇ ਨਾਨਕ ਦੇ ਆਸ਼ੀਰਵਾਦ ਨਾਲ ਕੁਛ ਦੇ ਕੇ ਚੱਲੇ। ਜੀ ਇਹ ਹੈ ਬਿਲਕੁਲ ਜੀ, ਗੋਇਲ ਸਾਹਿਬ ਹੋਰਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਕਾਫੀ ਵਡਮੁੱਲੀਆਂ ਹੁੰਦੀਆਂ ਨੇ, ਕਿਉਂਕਿ ਗੱਲਾਂ ਗੱਲਾਂ ਦੇ ਵਿੱਚ ਕਈ ਅਜਿਹੇ ਜਿਹੜੇ ਤੁਹਾਨੂੰ ਨੁਸਖੇ ਵੀ ਦੱਸ ਦਿੰਦੇ ਨੇ, ਕਈ ਅਜਿਹੀਆਂ ਟਿਪਸ ਵੀ ਦੇ ਦਿੰਦੇ ਨੇ। ਅਤੇ ਖਾਸ ਤੌਰ ਦੇ ਉੱਤੇ ਗੋਡਿਆਂ ਦੇ ਦਰਦ ਦੀ ਗੱਲ ਕੀਤੀ ਜਾਵੇ ਜਾਂ ਫਿਰ ਗੋਡਿਆਂ ਦੇ ਓਪਰੇਸ਼ਨ ਤੱਕ ਦੀ ਨੌਬਤ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਾਸਤੇ ਕਾਲਾ ਗੋਂਦ ਜਿਹੜੇ ਵੀ ਪ੍ਰੋਡਕਟ ਬਣੇ ਹੋਏ ਨੇ ਉਹ ਕਾਫੀ ਲਾਹੇਵੰਦ ਸਿੱਧ ਹੋ ਰਹੇ ਨੇ। ਅਤੇ ਇਸ ਤੋਂ ਇਲਾਵਾ ਤੁਸੀਂ www.vedban.com ਦੇ ਉੱਤੇ ਜਾ ਕੇ ਔਡਰ ਵੀ ਕਰ ਸਕਦੇ ਹੋ, ਉੱਥੇ ਸਾਰੇ ਪ੍ਰੋਡਕਟਸ ਦੀ ਜਾਣਕਾਰੀ ਵੀ ਹੈ। ਅਤੇ ਇਸ ਤੋਂ ਇਲਾਵਾ ਤੁਸੀਂ ਸਾਡੀ ਸਕਰੀਨ ਦੇ ਉੱਤੇ ਜਿਹੜੇ ਨੰਬਰ ਚੱਲ ਰਹੇ ਨੇ ਇਹਨਾਂ ਦੇ ਉੱਤੇ ਕਾਲ ਕਰਕੇ ਅਪੁਆਇੰਟਮੈਂਟ ਲੈ ਸਕਦੇ ਹੋ। ਐਡਰੈਸ ਵੀ ਚੱਲ ਰਿਹਾ ਹੈ, ਜੇਕਰ ਤੁਸੀਂ ਚੰਡੀਗੜ੍ਹ ਵਾਲੇ ਪਾਸੇ ਆਉਂਦੇ ਹੋ ਤਾਂ ਸੈਕਟਰ 44D ਦੇ ਵਿੱਚ ਵਰਦਾਨ ਆਯੁਰਵੈਦਿਕ ਸੈਂਟਰ ਆ, ਤਾਂ ਸਿੱਧਾ ਆ ਕੇ ਤੁਸੀਂ ਗੋਇਲ ਸਾਹਿਬ ਹੋਰਾਂ ਦੇ ਨਾਲ ਮਿਲ ਸਕਦੇ ਹੋ। ਹਾਲਾਂਕਿ ਸਮਾਂ ਥੋੜ੍ਹਾ ਜਿਹਾ ਲੱਗਦਾ ਹੈ, ਪਰ ਜਦੋਂ ਆਪਣਾ ਫਾਇਦਾ ਹੋ ਰਿਹਾ ਹੋਵੇ, ਆਪਾਂ ਨੂੰ ਕੋਈ ਚੰਗੀ ਚੀਜ਼ ਮਿਲ ਰਹੀ ਹੋਵੇ, ਕੋਈ ਸਿਹਤਯਾਬੀ ਦੀ ਗੱਲ ਹੋ ਰਹੀ ਹੋਵੇ, ਤਾਂ ਫਿਰ ਸਮਾਂ ਥੋੜ੍ਹਾ ਜਿਹਾ ਕੱਢਣਾ ਪੈਂਦਾ ਹੈ। ਗੋਇਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਜੀ, ਬਹੁਤ ਬਹੁਤ ਧੰਨਵਾਦ ਜੀ। ਜੀ ਧਰਮਿੰਦਰ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਔਰ ਜਿਹਨੇ ਦਰਸ਼ਕਾਂ ਲਈ ਇਹ ਪ੍ਰੋਗਰਾਮ ਬਣਾਇਆ, ਉਹਨਾਂ ਨੇ ਸੁਣਿਆ, ਦੇਖਿਆ, ਸ਼ੇਅਰ ਕੀਤਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਦੇ ਉੱਤੇ ਗੱਲਬਾਤ ਲੈ ਕੇ ਫਿਰ ਹਾਜ਼ਰ ਹੋਵਾਂਗੇ। ਆਗਿਆ ਦਿਓ, ਧੰਨਵਾਦ।